ਪੰਜਾਬ ਭਰ ਵਿੱਚ ਆਏ ਦਿਨ ਹੀ ਸੜਕੀ ਹਾਦਸਿਆਂ ਵਿੱਚ ਇਜਾਫਾ ਹੋ ਰਿਹਾ ਹੈ ਅਤੇ ਕਈ ਕੀਮਤੀ ਜਾਨਾਂ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਅਜਿਹਾ ਇੱਕ ਹੋਰ ਦਰਦਨਾਕ ਹਾਦਸਾ ਵਾਪਰਿਆ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਨਕੋਦਰ ਚੌਂਕ ਵੱਲ ਜਾਂਦੇ ਰਾਸਤੇ 'ਤੇ, ਜਿੱਥੇ ਕਿ ਇੱਕ ਵਿਅਕਤੀ ਨੂੰ ਨਗਰ ਨਿਗਮ ਜਲੰਧਰ ਦੇ ਟਿੱਪਰ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰਾਹੁਲ ਵਾਸੀ ਲਾਂਬੜਾ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਸਥਾਨਕ ਲੋਕਾਂ ਨੇ ਜਿੱਥੇ ਜੰਮ ਕੇ ਨਾਅਰੇਬਾਜ਼ੀ ਕੀਤੀ, ਉੱਥੇ ਹੀ ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਆਪਣੀ ਬਾਈਕ 'ਤੇ ਸਵਾਰ ਹੋ ਕੇ ਕੰਮ 'ਤੇ ਜਾ ਰਿਹਾ ਸੀ ਕਿ ਰਸਤੇ ਵਿੱਚ ਉਹ ਇਸ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਟਿੱਪਰ ਰਾਸਤੇ 'ਤੇ ਮੌਤ ਦਾ ਕਾਲ ਬਣ ਕੇ ਸ਼ਰੇਆਮ ਹੀ ਘੁੰਮ ਰਹੇ ਹਨ ਅਤੇ ਨਿੱਤ ਹੀ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਉਹਨਾਂ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਇਹਨਾਂ ਟਿੱਪਰਾਂ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਕਿਹੜੀ ਜਗ੍ਹਾ ਜਾ ਰਹੇ ਸੀ ਤੁਸੀਂ? ਅਸੀਂ ਕੰਮ ਤੇ ਜਾ ਰਹੇ ਸੀ। ਕਿਹੜੀ ਜਗ੍ਹਾ ਤੇ? ਇੰਨਾ ਨੀ ਪਤਾ, ਉਧਰ ਲੁਧਿਆਣੇ ਵਾਲੇ ਜਾਣ ਦੇ ਸੀ ਕੰਮ ਤੇ, ਭਾਈ ਹੋਏ ਮਿਲਣ ਗਏ। ਬਾਈਕ ਕੌਣ ਚਲਾ ਰਿਹਾ ਸੀ? ਬਾਈਕ ਰਾਮੂ ਜੀ ਚਲਾਉਂਦੇ ਆ। ਮੁੰਡਾ ਤੇ ਟਰੱਕ ਵਾਲੇ ਨੇ ਸਾਈਡ ਮਾਰੀ ਕਿ ਤੁਹਾਡੇ ਵੱਲੋਂ ਸਾਈਡ ਵੱਜੀ ਹੈ? ਇਹਨੇ ਕੱਟ ਮਾਰਿਆ ਸਾਨੂੰ ਟਰੱਕ ਵਾਲੇ ਨੇ, ਅਸੀਂ ਗਿਰ ਗਏ ਉੱਤੇ, ਜਦੋਂ ਬ੍ਰੇਕ ਮਾਰੀ ਅਸੀਂ ਤੇ ਫਿਰ ਉਹ ਟਰੱਕ ਦੇ ਨੀਚੇ ਆ। ਹਾਂਜੀ, ਅਗਲੇ ਟਾਇਰ 'ਚ, ਪਿਛਲੇ ਟਾਇਰ 'ਚ ਆਇਆ? ਪਿਛਲੇ ਟਾਇਰ 'ਤੇ। ਤੇ ਮੌਕੇ 'ਤੇ ਟਰੱਕ ਵਾਲਾ ਫੜਿਆ ਪੁਲਿਸ ਪ੍ਰਸ਼ਾਸਨ ਨੇ ਕੋਈ? ਕਿਸੇ ਦਾ ਉਹ ਪੁੱਛ ਗਿਆ, ਕਹਿੰਦੇ ਕੁਛ ਨਹੀਂ ਮਿਲਣਾ ਇਹ ਟਾਈਮ ਵਿੱਚ। ਇਹਨਾਂ ਨੇ ਅੱਗੇ ਪਿੱਛੇ ਕਰ ਲਿਆ, ਜਿਹੜੇ ਮੋਟਰ ਮਾਰ ਕੇ ਆਏ ਉਹਨੂੰ ਫਿਰ ਦੀ ਗੱਲ ਹਸਪਤਾਲ ਲੈ ਗਿਆ। ਵੱਡੇ ਭਾਈ ਨਾਲ ਮੇਰੇ ਨਾਲ ਉਹਨੂੰ ਹਸਪਤਾਲ ਲੈ ਗਏ। ਕਿੱਦਾਂ ਹੋਇਆ ਐਕਸੀਡੈਂਟ, ਕੁਛ ਪਤਾ ਲੱਗਾ? ਮੈਂ ਮਰਦਾ ਉਸ ਤੋਂ ਆਉਣਾ ਪਿਆ ਸੀ ਕੰਮ ਤੋਂ, ਨਾਈਟ ਡਿਊਟੀ ਤੋਂ। ਅੱਛਾ ਜੀ। ਇਹ ਭਾਈ ਨਾ ਇੱਥੇ ਹੁੰਦਾ ਸੀਗਾ, ਇਹ ਫੋਨ 'ਤੇ ਫੋਨ ਕਰੀ ਜਾਂਦਾ, ਪਤਾ ਨਹੀਂ ਕਿਹਨੂੰ ਕਰਦਾ ਕਿਹਨੂੰ ਨਹੀਂ। ਅੱਛਾ। ਇਹ ਨਾ ਇੱਥੇ ਡਿੱਗੇ ਪਏ ਸੀਗੇ, ਮੈਂ ਪੁੱਛਿਆ ਜਾ ਕੇ ਪਹਿਲਾਂ ਭਾਈ ਕਿਹਾ, ਕਹਿੰਦੇ ਟਰੈਕਟਰ ਮਾਰ ਗਿਆ, ਟਰੈਕਟਰ ਨਾ ਦੇਖੋ ਉੱਤੇ ਚੜ ਕੇ ਹੈ ਨਹੀਂ ਸੀਗਾ। ਅੱਛਾ। ਬਾਅਦ 'ਚ ਆਟੋ ਕਰਾ ਕੇ ਮੈਂ ਇਹਨਾਂ ਨੂੰ ਕਈ ਹੋਸਪਿਟਲ ਲੈ ਕੇ ਗਿਆ, ਉੱਥੇ ਉਹਨਾਂ ਨੇ ਕਹਿ ਦਿੱਤਾ ਸੀਗਾ ਵੀ ਮੁੰਡਾ ਡੈੱਡ ਹੋ ਗਿਆ, ਤੇ ਫਿਰ ਬਾਅਦ 'ਚ ਸਿਵਲ ਹੋਸਪਿਟਲ ਲੈ ਕੇ ਗਏ। ਜਦੋਂ ਤੁਸੀਂ ਇਹਨਾਂ ਨੂੰ ਦੇਖਿਆ ਹੋਰ ਜਨਤਾ ਵੀ ਹੈਗੀ ਸੀ ਇੱਥੇ? ਹੋਰ ਜਨਤਾ ਹੈਗੀ ਸੀ, ਪਰ ਕਿਸੇ ਨੇ ਹੱਥ ਨਹੀਂ ਫੜਿਆ। ਠੀਕ, ਕਿੰਨੇ ਕੁ ਵਜੇ ਦਾ ਟਾਈਮ ਸੀ ਪਤਾ ਕੁਛ? 9:30 ਦਾ ਟਾਈਮ ਸੀਗਾ। ਅੱਛਾ, ਤੇ ਤੁਸੀਂ ਕਿਹੜੇ ਹੋਸਪਿਟਲ ਲੈ ਗਏ ਇਹਨਾਂ ਨੂੰ? ਇਹਨਾਂ ਨੂੰ ਕਈ ਹੋਸਪਿਟਲ ਲੈ ਕੇ ਗਏ ਸੀਗੇ ਪਹਿਲਾਂ, ਉੱਥੇ ਡਾਕਟਰ ਸਾਹਿਬ ਮਿਲੇ? ਉੱਥੇ ਡਾਕਟਰ ਸਾਹਿਬ ਮਿਲੇ ਸੀਗੇ, ਐਮਓ ਡਾਕਟਰ ਮਿਲੇ ਸੀਗੇ। ਕੀ ਕਹਿ ਰਹੇ ਹੋ? ਤੇ ਉਹ ਕਹਿੰਦੇ ਨਹੀਂ ਵੀ ਮੁੰਡਾ ਡੈੱਡ ਹੋ ਗਿਆ। ਅੱਛਾ, ਠੀਕ ਹੈ। ਤੇ ਬਾਅਦ ਵਿੱਚ ਆਪਾਂ ਸਿਵਲ ਹੋਸਪਿਟਲ ਲੈ ਕੇ ਗਏ ਸੀ। ਠੀਕ ਹੈ। ਉੱਥੇ ਵੀ ਉਹਨਾਂ ਨੇ ਕਹਿ ਦਿੱਤਾ ਵੀ ਮੁੰਡਾ ਡੈੱਡ ਆ। ਇਸ ਟਾਈਮ ਡੈੱਡ ਬੋਡੀ ਕਿੱਥੇ ਹੈ? ਸਿਵਲ ਹੋਸਪਿਟਲ। ਠੀਕ ਹੈ। ਉੱਧਰ ਸਥਾਨਕ ਲੋਕਾਂ ਨੇ ਇਸ ਹਾਦਸੇ ਦੀ ਸੂਚਨਾ ਤੁਰੰਤ ਹੀ ਭਾਰਗੋ ਕੈਂਪ ਦੀ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮੈਨੂੰ ਪਤਾ ਲੱਗਾ, ਮੈਨੂੰ ਫੋਨ 'ਤੇ ਪਤਾ ਲੱਗਾ ਵੀ ਇੱਕ ਟੱਪਰ ਨੇ ਜਿਹੜਾ ਬੱਚਾ ਸੀਗਾ ਅਤੇ ਕੁਚਲ ਦਿੱਤਾ ਹੋਇਆ ਹੈ, ਕੁਚਲ ਦਿੱਤਾ ਹੈ ਅਤੇ ਉਹਨੂੰ ਹਸਪਤਾਲ ਖੜਿਆ ਅਤੇ ਜਿਹੜੀ ਉਹਦੀ ਉੱਥੇ ਹਸਪਤਾਲ ਜਾਂਦੇ ਮੌਤ ਹੋ ਗਈ। ਅਤੇ ਕਿੱਥੋਂ ਦੀ ਆ ਰਿਹਾ ਸੀ ਟਿੱਪਰ, ਕੁਛ ਪਤਾ ਲੱਗਾ? ਟਿੱਪਰ ਇੱਧਰੋਂ ਬਰਾਬਰ ਤੋਂ ਵੀ ਆ ਰਿਹਾ। ਅੱਛਾ ਜੀ, ਅਤੇ ਹੁਣ ਜਿਹੜਾ ਕਿੰਨੇ ਵਿਅਕਤੀ ਸੀ ਮੋਟਰਸਾਈਕਲ 'ਤੇ? ਮੋਟਰਸਾਈਕਲ 2 ਹੀ ਸੀਗੇ ਜੀ। ਅਤੇ ਇੱਕ ਇੱਕ ਦੀ ਡੈਥ ਹੋਈ ਹੈ? ਹਾਂ, ਇੱਕ ਦੀ ਡੈਥ ਹੋ ਗਈ ਹੈ ਜਿਹੜਾ। ਅਤੇ ਇੱਕ ਦੂਜਾ ਜਿਹੜਾ ਠੀਕ ਹੈ? ਕੋਈ ਬੰਦਾ ਫੜਿਆ? ਕੋਈ ਰਾਊਂਡ ਅਪ ਕੀਤਾ ਬੰਦਾ? ਫੜ ਲਾਂਗੇ ਬੰਦੇ, ਕਿਤੇ ਨਹੀਂ ਚੁਕਾਇਆ ਜਾ ਰਿਹਾ। ਧਰਨਾ ਚੁਕਾਇਆ ਜਾ ਰਿਹਾ।